ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਇਸੇ ਵਿਚਕਾਰ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ, ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਇੱਕ 19 ਸਾਲ ਦੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ ਹੈ। ਤਾਂ ਕੰਮ ਦੇ ਉੱਤੇ ਇਹ ਨੌਜਵਾਨ ਜਦੋਂ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਇਸਦੀ ਕਾਰ ਦੀ ਟੱਕਰ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਕਿ ਜਿਸ ਕਾਰ ਦੇ ਨਾਲ ਇਸ ਨੌਜਵਾਨ ਦੀ ਟੱਕਰ ਹੋਈ ਉਸ ਦੇ ਵਿੱਚ ਇੱਕ ਲੜਕਾ ਅਤੇ ਲੜਕੀ ਬੈਠੇ ਸੀ ਜੋ ਕਿ ਨਸ਼ੇ ਦੀ ਹਾਲਤ ਦੇ ਵਿੱਚ ਦੱਸੇ ਜਾ ਰਹੇ ਨੇ, ਜਿਸ ਤੋਂ ਬਾਅਦ ਇਹ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਤੇ ਇਸ ਨੂੰ ਜਦੋਂ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਤਾਂ ਉੱਥੇ ਜਾ ਕੇ ਦਮ ਤੋੜ ਦਿੰਦਾ ਹੈ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ, ਵੰਸ਼ਦੀਪ ਵਜੋਂ ਇਸਦੀ ਪਹਿਚਾਣ ਹੋਈ ਹੈ ਜੋ ਕਿ ਪੰਜਾਬ ਦੇ ਮਾਛੀਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਤਾਂ 2 ਸਾਲ ਪਹਿਲਾਂ ਬੜੇ ਚਾਵਾਂ ਦੇ ਨਾਲ ਚੰਗੇ ਭਵਿੱਖ ਦੇ ਲਈ ਇਹ ਅਮਰੀਕਾ ਦੇ ਵਿੱਚ ਗਿਆ ਸੀ, ਉੱਥੇ ਕੰਮ ਕਰ ਰਿਹਾ ਸੀ ਤੇ ਜਦੋਂ ਇਹ ਕੰਮ ਤੇ ਜਾਂਦੇ ਸਮੇਂ ਇਸਦੀ ਕਾਰ ਦੀ ਟੱਕਰ ਜੋ ਹੈ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਹੋ ਜਾਂਦੀ ਹੈ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਜਦੋਂ ਇਹ ਕੰਮ ਤੇ ਨਿਕਲਿਆ ਤਾਂ ਉਸ ਸਮੇਂ ਇਸਨੇ ਆਪਣੇ ਪਿਤਾ ਨੂੰ ਫੋਨ ਵੀ ਕਰਿਆ ਸੀ ਜਿਸ ਦੇ ਵਿੱਚ ਉਸਨੇ ਦੱਸਿਆ ਸੀ ਕਿ ਉਹ ਕੰਮ ਤੇ ਜਾ ਰਿਹਾ। ਤਾਂ ਠੀਕ ਉਸ ਤੋਂ ਬਾਅਦ ਜਿਵੇਂ ਹੀ ਉਹ ਫੋਨ ਰੱਖਦੇ ਨੇ ਤਾਂ ਕੁਝ ਘੰਟਿਆਂ ਦੇ ਬਾਅਦ ਇਹ ਮਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ। ਤਾਂ ਅਮਰੀਕਾ ਦੇ ਵਿੱਚ ਵਾਪਰੇ ਸੜਕ ਹਾਦਸੇ 'ਚ ਮਾਛੀਵਾੜਾ ਦੇ ਨੌਜਵਾਨ ਵੰਸ਼ਦੀਪ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸਦੇ ਪਿਤਾ ਪ੍ਰੋਪਰਟੀ ਦਾ ਕਾਰੋਬਾਰ ਕਰਦੇ ਹਨ, ਉਹਨਾਂ ਦਾ ਇਕਲੌਤਾ ਪੁੱਤ ਸੀ ਇਹ ਵੰਸ਼ਦੀਪ ਸਿੰਘ ਜੋ ਕਿ ਆਪਣੇ ਚੰਗੇ ਭਵਿੱਖ ਦੇ ਲਈ 2 ਸਾਲ ਪਹਿਲਾਂ ਅਮਰੀਕਾ ਦੇ ਵਰਜੀਨੋ ਸ਼ਹਿਰ ਦੇ ਵਿੱਚ ਗਿਆ ਸੀ ਤੇ ਉੱਥੇ ਰਹਿੰਦਾ ਸੀ, ਸਟੋਰ ਦੇ ਉੱਪਰ ਇਹ ਨੌਕਰੀ ਕਰਦਾ ਸੀ ਤੇ ਜਦੋਂ ਕੰਮ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੇ ਨਾਲ ਇਸਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਇਸ 19 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਤਾਹਾਂ ਮਾਰ ਰੋਂਦੇ ਪਰਿਵਾਰ ਦੇ ਵੱਲੋਂ ਸਿਰਫ ਹੁਣ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਪੁੱਤ ਦੀ ਮ੍ਰਿਤਕ ਦੇਹ ਨੂੰ ਆਪਣੇ ਵਤਨ ਲਿਆਂਦਾ ਜਾਵੇ ਤਾਂ ਜੋ ਅੰਤਿਮ ਰਸਮਾਂ ਜੋ ਨੇ ਉਹ ਪੂਰੇ ਰੀਤੀ ਰਿਵਾਜਾਂ ਦੇ ਨਾਲ ਕੀਤੀਆਂ ਜਾ ਸਕਣ। ਮੈਂ ਸਤਨਾਮ ਸਿੰਘ, ਸਾਡਾ ਬੱਚਾ ਵੰਸ਼ਦੀਪ ਜੋ ਅਮਰੀਕਾ ਦੇ ਵਿੱਚ ਗਿਆ ਸੀਗਾ, ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਚੁੱਕੀ ਹੈ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਸਾਡੀ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ। ਕਿੰਨੀ ਦੇਰ ਦੀ ਹੋਈ ਸੀ ਬੱਚੇ ਨੂੰ ਗਿਆ? ਬੱਚੇ ਦੀ ਉਮਰ 19 ਸਾਲ। ਕਿੰਨੀ ਦੇਰ ਹੋਈ ਉਹਨੂੰ ਗਿਆ? 2 ਸਾਲ ਦੇ ਕਰੀਬ। ਇਕੱਲਾ ਹੀ ਬੱਚਾ ਸੀ? ਇਕੱਲਾ ਹੀ ਬੱਚਾ ਸੀ। ਕੋਈ ਹੋਰ ਭਾਈ ਭੈਣ? ਇੱਕ ਸਿਸਟਰ ਹੈ, ਉਹ ਕਿੱਥੇ ਨੇ? ਕੈਨੇਡਾ ਦੇ ਵਿੱਚ ਹੈ। ਉਹ ਅੱਜ ਆ ਰਹੇ ਨੇ ਸ਼ਾਮ ਨੂੰ। ਬੱਚੇ ਦਾ ਫੋਨ ਆਇਆ ਵੀ ਮੈਂ ਕੰਮ 'ਤੇ ਜਾ ਰਿਹਾ ਹਾਂ, ਡੈਡੀ ਆਪਣੇ ਨੂੰ ਉਹਨੇ ਗੱਲ ਕਰੀ, ਡੈਡੀ ਕਹਿੰਦਾ ਚਲੋ ਠੀਕ ਹੈ। ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਵੀ ਉਹਦੀ ਡੈਥ ਹੋਈ। ਪੁਲਿਸ ਆਈ, ਉਹ ਵੀ ਚੱਕ ਕੇ ਲੈ ਗਈ ਹੋਸਪਿਟਲ। ਜਦ ਸਾਡੇ ਬੰਦੇ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ। ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ, ਲੇਡੀਜ਼ ਅਤੇ ਜੈਂਟਸ ਸੀਗੇ। ਇਸ ਤਰੀਕੇ ਨਾਲ ਸਾਡਾ ਬੱਚਾ ਸਾਡੇ ਹੱਥੋਂ ਚਲਾ ਗਿਆ। ਹਾਂਜੀ, ਅਸੀਂ ਪੰਜਾਬ ਲਿਆਉਣੀ ਚਾਹੁੰਦੇ ਹਾਂ ਤਾਂ ਗੌਰਮੈਂਟ ਅੱਗੇ ਇਹੀ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ। ਲੇਕਿਨ ਇਹ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਅਸੀਂ ਸਾਡੇ ਹੱਥਾਂ 'ਚ ਗੋਲੀ ਸਾਡੇ ਕੋਲ ਹੀ ਖੇਡਿਆ ਸੀ, ਲੇਕਿਨ ਪਾਲਿਆ ਸਾਨੂੰ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ। ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਕਹਿੰਦੇ ਮੈਂ ਅਮਰੀਕਾ ਹੀ ਜਾਣਾ, ਅਮਰੀਕਾ ਹੀ ਜਾਣਾ। ਪਾਪਾ ਨੇ ਵਿਚਾਰ ਨੇ ਗਰੀਬ ਨੇ ਜੋ ਵੀ ਜ਼ਮੀਨ ਵੇਚੀਏ, ਪਲਾਟ ਵੇਚੇ ਨੇ, ਘਰ ਵੇਚਿਆ, ਬੱਚੇ ਦੀ ਖੁਸ਼ੀ ਪੂਰੀ ਕਰਤੀ। ਲੇਕਿਨ ਸਾਨੂੰ ਹੁਣ ਇਹ ਥੋੜ੍ਹੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਣਾ। ਅਸੀਂ ਤਾਂ ਭਾਅ ਜੀ ਬਹੁਤ ਪਰੇਸ਼ਾਨ ਹਾਂ, ਲੇਕਿਨ ਸਾਡੇ ਸੱਜੀ ਬਾਂਹ ਸੀ, ਸਾਡੀ ਲੱਤ ਤੋੜ ਗਏ ਸੀ, ਸਾਡੀ ਕਹਾਣੀ ਖਤਮ ਆਈ, ਸਾਡੀ ਖਤਮ ਹੀ ਕਰ ਗਿਆ ਸਾਨੂੰ। ਅਸੀਂ ਕਿੱਥੇ ਜਾਈਏ, ਸਹੀ ਕਿਸੇ ਪਾਸੇ ਜੋਗੀ ਰਹੇ ਜੀ।
ਗੱਲ ਕਰੀਏ ਜਦੋਂ ਇਹਨੂੰ ਭੇਜਿਆ ਤੁਸੀਂ, ਇਹਨੂੰ ਕਿੰਨੇ ਕੁ ਖਰਚਾ ਉਦੋਂ ਆਇਆ ਹੋਣਾ? ਉਸ ਤੋਂ ਖਰਚਾ ਜੀ ਮੈਂ ਤਕਰੀਬਨ ਇੰਨਾ ਗੱਲ ਦਾ ਪਤਾ ਕਰੀ, ਮੈਂ ਤਾਂ ਘਰੋਂ ਚਲਾ ਗਿਆ ਸੀ ਕਿਤੇ ਦੂਰ, ਅਤੇ ਲੇਕਿਨ ਮੈਂ ਮਸ਼ੀਨ 'ਤੇ ਜਾਂਦਾ ਹੁੰਦਾ, ਅਤੇ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਕਿੰਨਾ ਰੁਪਈਆ ਲੱਗਿਆ ਕਿੰਨਾ ਨਹੀਂ, ਉਹ ਉਹਦੇ ਡੈਡੀ ਜੀ ਨੂੰ ਪਤਾ ਹੋਏਗਾ। ਗੱਲ ਕਰੀਏ ਉਹਦੀ ਉਮਰ, ਨੌਜਵਾਨ ਸੀਗਾ, 19 ਸਾਲ, 19 ਸਾਲ ਉਹਦੀ ਉਮਰ ਸੀਗੀ। ਅੱਜ ਵਿਆਹ ਦੇ ਚਾਅ ਵੀ ਪੂਰੇ ਕਰਨੇ ਸਨ, ਸਾਰਾ ਕੁਛ ਕਰਨਾ ਸੀਗਾ। ਅੱਜ ਕੱਲ੍ਹ ਰੱਖੜੀ ਦਾ ਦਿਨ ਸੀਗਾ, ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰੱਖੜੀ ਬੰਨਣੀ ਸੀ। ਉਹ ਵਿਚਾਰੀ ਕੀ ਸੋਚੇਗੀ ਦੱਸੋ, ਪਹਿਲਾਂ ਉਹਦੇ ਮਾਂ ਪਿਓ ਕੀ ਸੋਚਣਗੇ ਜੀ, ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇ, ਉਹਦਾ ਕੀ ਹਾਲ ਬਣਿਆ? ਬਹੁਤ ਬੁਰੀ ਹਾਲਤ, ਖੁਦ ਸਾਡੀ ਬੁਰੀ ਹਾਲਤ ਆ ਜੀ। ਸਾਡਾ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦ 'ਚ ਲੈ ਕੇ ਪਾਲਿਆ, 19 ਸਾਲ ਦਾ ਕਰਤਾ ਸੀ, ਸਾਡਾ ਕੀ ਰੋਜ਼ ਸੀਗਾ, ਅਸੀਂ ਕੀ ਕਰ ਕੀ ਸੋਚ ਕੇ ਬੱਚੇ ਨੂੰ ਵੱਡਾ ਕੀਤਾ? ਅਸੀਂ ਤਾਂ ਖਤਮ ਹੋ ਗਏ, ਸਾਡੀ ਜੀ ਸਾਡੀ ਕਹਾਣੀ ਖਤਮ ਹੋ ਗਈ, ਅਸੀਂ ਕੀ ਕਰੀਏ ਹੁਣ? ਸਾਡੀ ਬੇਵਾਹ ਹੋ ਗਈ ਭਾਜੀ, ਅਸੀਂ ਤਾਂ ਬੱਚੇ ਨੂੰ ਬਹੁਤ ਔਖਾ ਪਾਲਿਆ ਸੀ। ਜੋ ਉਹਦਾ ਚਾਹ ਸੀਗੇ ਬੱਚੇ, ਮੈਂ ਅਮਰੀਕਾ ਜਾਣਾ, ਮੈਂ ਪਾਪਾ ਜੀ ਤੁਹਾਨੂੰ ਮੈਂ ਸਾਰਾ ਬਣਾ ਦੂੰਗਾ, ਤੁਹਾਨੂੰ ਜ਼ਮੀਨ ਬਣਾ ਦੂੰਗਾ, ਜਾਇਦਾਦ ਬਣਾ ਦੂੰਗਾ। ਪਾਪਾ ਜੀ ਅਮਰੀਕਾ ਭੇਜ ਦਿਓ, ਪਾਪਾ ਨੇ ਵਿਚਾਰੇ ਨੇ ਘਰ ਵੇਚਿਆ, ਜ਼ਮੀਨ ਵੇਚੀ, ਕੁਛ ਵੇਚਿਆ, ਗਰੀਬ ਨੇ ਭੇਜ ਦਿੱਤਾ। ਹੁਣ ਆਹ ਦੇਖੋ ਤੁਹਾਡੀ ਐਡੀ ਸੱਟ ਲੱਗ ਗਈ, ਅਸੀਂ ਕਿਸੇ ਪਾਸੇ ਜੋਗ ਨਹੀਂ ਰਹੇ, ਅਸੀਂ ਬਹੁਤ ਪਰੇਸ਼ਾਨ ਹਾਂ ਜੀ, ਅਸੀਂ ਖੁਦ ਅਸੀਂ ਬਹੁਤ ਦੁਖੀ ਹਾਂ ਜੀ, ਅਸੀਂ ਕੀ ਕਰੀਏ ਹੁਣ? ਸਾਡੀ ਇੱਕ ਹੀ ਪੁੱਤ ਸੀ, 5-4 ਹੁੰਦੇ ਫਿਰ ਤੁਹਾਡੇ ਗੱਲ ਕੋਈ ਸੀ, ਇੱਕੋ ਹੀ ਆਖਰੀ ਵੇਚਿਆ, ਲੋਟਾ ਪੁੱਤਰ ਸੀਗਾ ਸਾਡਾ, ਬੜੇ ਲਾਡਾਂ ਨਾਲ ਬੜੇ ਰੂਹਾਂ ਨਾਲ ਪਾਲਿਆ ਸੀਗਾ ਅਸੀਂ।